मैं तो हैरान हाँ भी नवे पंप न हो की गया है ये हम उतू चला के लियाने पैने है भी देखने पैने है। ਨਾਲੇ ਜੇ ਕੋ ਪੰਪ ਲੈਦੇ ਨੇ ਉਹਨੂੰ ਕਹ ਭਾਈ ਇਹ ਪੰਪ ਸਾਨੂੰ ਨਾ ਇਦਾਂ ਦੇ ਕੇ ਜਾਇਆ ਕਰ ਵੀ ਸਾਨੂੰ ਦੁਬਾਰਾ ਦੇਖਣੇ ਪੈਣ ਬੰਦ ਨਵਾਂ ਪੰਪ ਨਵੇਂ ਪੰਪ ਦਾ ਕੀ ਮਕਸਦ ਹੋਇਆ ਵੀ ਖੋਲਣ ਦਾ ਪਹਿਲਾ ਪੰਪ ਵੀ ਇੰਜੀ ਸੀ ਦੂਸਰਾ ਵੀ ਇੰਜੀ ਆ ਸਲਾਮ ਅਲੈਕਮ ਜੀ ਵਾਲੇਕਮ ਸਲਾਮ ਕੀ ਹਾਲ ਠੀਕ ਠਾਕ ਹੋ ਹਾਂਜੀ ਆ ਜਾਓ ਕੀ ਗੱਲ ਖੈਰ ਆ ਵਿਹਲੇ ਹੋਵੋ ਤੇ ਕੋਈ ਗੱਲ ਕਰੀਏ ਜੀ ਵਿਹਲੇ ਹੀ ਆ ਭਾਜੀ ਅਸੀਂ ਵਿਹਲੇ ਹੀ ਆ ਅਸੀਂ ਕੀ ਕਰਨ ਰਹੇ ਆ मुंडे को फिटिंग गलत हो गई पंप अल्लाह दी मेहरबानी करी साडा होया ही नहीं नवा सानू कुछ टेंशन हुई हो आ बड़ी गल भी तुम नवे पंप भी चेक करके भेज दे भाजी कस्टमर भी साल लगे इस पंप से अच्छा नहीं लगता नहीं इसे पंप से नहीं पंप से लगे ने। अच्छा अच्छा तेन इदा अंदाजा हो जाता जी पानी चुक लूगा कि नहीं इंशाला भाजी क्यों नहीं चुकना है पानी चुकना और उन्हें न्याणे चुकने भाजी आहो थले पैप भी कोई नहीं कि मतलब पता कराते ये भाजी जो बोर करना ना हाँ फिर यदा कनैक्शन आ जाए ये ठीक है ना एच हवाई पानी है हवाई पानी कि आ गया हवाई थले वेखो ना पैप पूप है नहीं ना होर सुनाओ तबीयत सेहत वो जो बोर करना पैप पूप भाजी सारे पै जाने अच्छा जी हाई साहब की दुकान से अजकल घट वध ही होंगे भाजी असी काम ही है बस कभी उधरों आर्डर आ गया उधर निकल गए उधर आर्डर आ गया उधर निकल गए काम ही इदा ना भाजी की करिए तो हालात इंज दे होए पए आ कस्टमर ना करन दिल नहीं करता कही दा भी चलो यार जे कोई 100-50 घट भी हुंदा तो कोई गल नहीं की गल इहनूं कदी लाउंदे हो कदी चढ़ाउंदे हो रौला की आ ओह भाई ने दो पंप सी अज लाए हाँ ओह मुंडे ने ना बस गलती को हो गई है न्याणे सुते पखा हुंदा है अच्छा हाँ मोटर ठंडी रहे ताकि जिहड़ा मतलब के तांबा शांबा विच हुंदा ना ये जो हीट करदा फिर पंप जिहड़ा ना वो ओहदे वास्ते पखा ओहदे वास्ते हुंदा हाँ तो तुसीं इदां करो जिहड़ा पानी चुकदा पानी ओह मोटर दे विचों दी निकालो हाँ ठंडी रहेगी मोटर इदां नहीं हो सकदा नहीं नहीं इदां कितां ठंडी रह जाऊगी साडे नाल तुसीं बहुत समझदार बने साडे जिही आ हैं इदां कम साडा आ मशवरे तुसीं देई जाण डए मैं तां हैरान आ तुहाडे ऐसा बोर करवाना वा आपां तुसीं बोर सानू ना करो भाजी बोर दे किन्ने पैसे लै रहे हो बोर दा भाई 8,500 मजदूरी है ते खुश करन दे किन्ने लैंदे हो हैं बोर करन दा जी 8,500 आ ते खुश करन दे किन्ने लैंदे खुश कितां करदे कुदकुतारियां कढ़दी है तेरे ऐ करदी है तेरे जामेश्री क्यों कढ़नी है पानी देना है जामेश्री क्यों देनी है चलो ऐसा मैं ना तेरे को बड़े मानना आया वा वो मजदूरी थोड़ी जी घट करो तो पंप लाने वाला काम करिए भाजी 8,500 रुपया आम है
ਕਿਤੇ ਵੀ ਚਲੋ 9 9 9:30 ਲੈਂਦੇ ਨੇ ਅਸੀਂ ਅੱਜ 8:30 ਲਈਦਾ ਉਹ ਵੀ ਇਸ ਕਰਕੇ ਕਿ ਵੱਡੇ ਭਾਈ ਆ ਆਪਣੇ ਇੱਥੇ ਅਮਰ ਭਾਈ ਮੇਰੇ ਤੋਂ ਵੱਡੇ ਤੇ ਕੰਮ ਕਰਦੇ ਤੇ ਨਹੀਂ ਫੇ ਸਾਡੇ ਇੱਥੇ ਆਉਣ ਦਾ ਉਹ ਅਹਿਸਾਸ ਕਰਦੇ ਨੇ ਉਹ ਕਹਿੰਦੇ ਯਾਰ 5 ਘੱਟ ਕੀ ਤੇ ਵੱਧ ਕੀ ਕਸਟਮਰ ਜਾਣਾ ਨਹੀਂ ਚਾਹੀਦਾ ਆਓ ਤੇ ਫੇਰ ਤੁਸੀਂ ਹੁਣ ਸਾਡੇ ਨਾਲ ਕੋਈ ਪਿਆਰ ਕਰੋ ਨਾ ਪਿਆਰ ਮਾ ਵਧ ਪਿਆਰ ਹੁਣ ਭਾਜੀ ਦੱਸ ਦਿਓ ਤੜੀ ਚੁਮੀਆਂ ਲੈਣ ਲੱਗ ਪਈ ਹੋ ਆਹ ਲਓ ਆ ਫੋਨ ਆਉਣ ਲੱਗ ਪਏ ਨੇ ਪਿੱਛੋਂ ਦੇਖਦੇ ਹਾਂ ਕਰਦੇ ਹਾਂ ਜੀ ਹਿਸਾਬ ਲਾਉਂਦੇ ਹਾਂ ਭਾਈ ਸਾਹਿਬ ਤੁਸੀਂ ਲਾਉਣਾ ਨਾ ਸਾਡਾ ਜਿਹੜੀ 8,500 ਮਜ਼ਦੂਰੀ ਹੈ ਨਾ ਜੀ ਇਹ 'ਚੋਂ ਕੁਛ ਘੱਟ ਕਰੋ ਅਸੀਂ ਤੁਹਾਡੇ ਪੱਕੇ ਗਾਹਕ ਹਾਂ ਭਾਜੀ ਉਹੀ ਤਾਂ ਬਚਦਾ ਸਾਨੂੰ ਹੁਣ ਕੀ ਬਚਣਾ ਭਾਜੀ ਮੇਰੇ ਨਾਲ ਤੁਹਾਨੂੰ ਸਾਰਾ ਬਚ ਉਹ ਤੁਹਾਨੂੰ ਕਿਤੇ ਕੰਮ ਕਰਨਾ ਪਾ ਜਾਵੇ ਤੁਹਾਨੂੰ ਲੱਗ ਲੋ ਜਾਵੇ ਨਹੀਂ ਮਜ਼ਦੂਰੀ ਘੱਟ ਕਰੋ ਤੁਸੀਂ ਨਹੀਂ ਤੁਸੀਂ ਕੰਮ ਕਰਕੇ ਦੇਖੋ ਨਾ ਕਿਤੇ ਸਾਡੇ ਨਾਲ ਖਲੋ ਕੇ ਤੇ ਵੇਖੋ ਤੁਹਾਨੂੰ ਪਤਾ ਲੱਗ ਜਾਵੇ ਤੁਸੀਂ ਕਹੋਗੇ ਯਾਰ ਵਾਕਈ ਇਹ ਵੀ ਘੱਟ ਆ ਅੱਛਾ ਹਾਂ ਸਾਨੂੰ ਪੁੱਛ ਕੇ ਵੇਖੋ ਭਾਜੀ ਅਸੀਂ ਪਾਣੀ ਕਿੱਦਾਂ ਚੁੱਕਣਾ ਹੁੰਦਾ ਜਾ ਕੇ ਥੱਲੇ ਤੁਸੀਂ ਇੱਦਾਂ ਕਰਿਓ ਨਾ ਜਿਹੜੀ ਵਿੱਚ ਬੋਰ 'ਚੋਂ ਰੇਤ ਨਿਕਲੇਗੀ ਉਹ ਤੁਸੀਂ ਲੈ ਜਾਓ ਵੇਚ ਲਿਓ ਨਹੀਂ ਰੇਤ ਮੈਂ ਭਾਜੀ ਕੀ ਕਰਨੀ ਮੈਂ ਮੇਰੀ ਕਿਹੜੀ ਅੰਮੀ ਦਾਣੇ ਭੁੰਨਦੀ ਹੈ ਜੇ ਉਹਨੂੰ ਕੜਾਈ 'ਚ ਪਾ ਕੇ ਤੇ ਦਾਣੇ ਭੁੰਨਣ ਲੱਗ ਪੈਣੇ ਸਾਨੂੰ ਰੇਤ ਕਿੱਥੇ ਚਾਹੀਦੀ ਭਾਜੀ ਉਹ ਵਿਹਲੇ ਨੇ ਅੰਮੀ ਨਹੀਂ ਜੀ ਵਿਹਲੇ ਵੀ ਵੈਸੇ ਗੱਲ ਕਰ ਰਹੇ ਹਾਂ ਉਹਨਾਂ ਨਾ ਮਾਈਆਂ ਪੱਠੀ ਦੇ ਵਿੱਚ ਦਾਣੇ ਦੂਣੇ ਪਾਉਂਦੀਆਂ ਅਤੇ ਕੋਈ ਗੱਲ ਨਹੀਂ ਤੁਸੀਂ ਉਹਨਾਂ ਨੂੰ ਲਾ ਦਿਓ ਇਸ ਕੰਮ 'ਤੇ ਚਲੋ ਪੈਸੇ ਹੀ ਆਉਣੇ ਚਾਹੀਦੇ ਨਹੀਂ ਅਸੀਂ ਕੋਲ ਲਾਈਏ ਭਾਜੀ ਅੱਲਾ ਉਹਨਾਂ ਦੀ ਜ਼ਿੰਦਗੀ ਕਰੇ ਉਹਨਾਂ ਦੀ ਦੁਆਵਾਂ ਨਾਲ ਹੀ ਸਾਰਾ ਕੁਛ ਹੈ ਮੈਂ ਤਾਂ ਵੈਸੇ ਗੱਲ ਕੀਤੀ ਹੈ ਤੁਹਾਡੀ ਗੱਲ ਤੋਂ ਗੱਲ ਅਸੀਂ ਕੀਤੀ ਹੈ ਠੀਕ ਹੈ ਕਿ ਨਹੀਂ ਹੁਣ 8,500 ਪੂਰਾ ਹੀ ਲੈਣਾ ਪੂਰਾ ਭਾਜੀ ਅੱਛਾ ਬੋਰ ਜਿਹੜਾ ਹੋਇਆ ਹੁੰਦਾ ਪਹਿਲੇ ਉਸ ਬੋਰ ਨੂੰ ਕਲੀਅਰ ਕਰੋਗੇ ਤਾਂ ਫਿਰ ਕਿੰਨੇ ਪੈਸੇ ਲਵੋਗੇ ਪਾਣੀ ਪੂਣੀ ਛੱਡ ਗਿਆ ਨਾ ਭਾਜੀ ਕਲੀਅਰ ਹੁੰਦਾ ਨਹੀਂ ਹੈ ਉਹ ਨਵੇਂ ਸਿਰੇ ਹੋਣਾ ਪੈਂਦਾ ਹੈ ਕਲੀਅਰ ਕਰੋਗੇ ਨਾ ਤਾਂ ਫਿਰ ਤੁਹਾਨੂੰ ਦੂਸਰੇ ਦਿਨ ਫਿਰ ਸਾਡੇ ਪਿੱਛੇ ਫਿਰਨਾ ਪੈਣਾ ਉਹਦੀ ਕੀ ਵਜ੍ਹਾ ਜੀ ਉਹ ਨਹੀਂ ਹੋਣਾ ਨਹੀਂ ਤੁਸੀਂ ਮਾਲ ਨਵਾਂ ਪਾ ਲਓ ਉਹ ਭਾਜੀ ਉਹ ਮਾਲ ਨਵਾਂ ਬੜਾ ਜਗ੍ਹਾ ਫਿਰ ਬਦਲਣੀ ਪੈਣੀ ਨਾ ਜਗ੍ਹਾ ਬਦਲਣੀ ਪੈਣੀ ਹੈ ਜਗ੍ਹਾ ਹੁਣ ਤੁਹਾਡਾ ਕਰਕੇ ਮਕਾਨ ਵੇਚ ਕੇ ਕਿਤੇ ਹੋਰ ਲੈ ਲਈਏ ਜੀ ਜਗ੍ਹਾ ਤਾਂ ਮਤਲਬ ਇੱਥੇ ਲਾਇਆ ਨਾ ਪੰਪ ਹਾਂ ਅਤੇ ਉਹ ਤੁਹਾਨੂੰ ਥੋੜ੍ਹਾ ਜਿਹਾ ਜਗ੍ਹਾ ਬਦਲ ਕੇ ਫਿਰ ਲਾਉਣਾ ਪੈਣਾ ਹੈ ਜਗ੍ਹਾ ਬਦਲ ਕੇ ਜੇ ਤੁਸੀਂ ਕੋਈ ਉਸੇ ਲਾਉਣੀ ਹੈ ਤਾਂ ਉੱਥੇ ਇਹ ਆ ਵੀ ਉਹਨਾਂ ਨੇ ਪਤਾ ਨਹੀਂ ਉਹਨੂੰ ਕਿੱਦਾਂ ਦਾ ਲਾਇਆ ਆ ਪੈਪ ਕੀ ਹੈ ਕੀ ਸਿਸਟਮ ਸਾਨੂੰ ਤਾਂ ਨਹੀਂ ਪਤਾ ਅੰਦਰ ਜਾ ਕੇ ਤਾਂ ਨਹੀਂ ਨਾ ਅਸੀਂ ਵੇਖਿਆ ਉਹ ਜਿਹੜਾ ਅਸੀਂ ਆਪ ਬੋਰ ਕਰਨਾ ਨਾ ਉਹਦਾ ਸਾਨੂੰ ਪਤਾ ਹੁੰਦਾ ਹੈ ਵੀ ਇਹਦੀ ਗਹਿਰਾਈ ਕਿੰਨੀ ਹੈ ਕਿੱਥੋਂ ਅਸੀਂ ਪਾਣੀ ਚੁੱਕਿਆ ਹੈ ਤੇ ਨਹੀਂ ਫਿਰ ਉਸ ਜਗ੍ਹਾ 'ਤੇ ਕੋਈ ਦਰਖਤ ਲਾ ਦਿਓ ਜਿਹੜਾ ਉਹ ਮੋਹਰਾ ਕੇਸ ਕੰਮ ਦਾ ਸਾਡੇ ਦਰਖਤ ਭਾਜੀ ਤੁਸੀਂ ਕੋਈ ਨਿਆਣੇ ਉੱਥੇ ਸੁਆਇਆ ਕਰਨੇ ਵੀ ਥੱਲੇ ਮੰਜੀ ਡਾ ਕੇ ਉੱਥੇ ਤੁਹਾਨੂੰ ਕਾਹਦੀ ਗੱਲ ਆ ਬੋਰ ਜਦੋਂ ਬੋਰ ਨੂੰ ਬੋਰ ਤੁਸੀਂ ਹੋਰ ਉਹਨੂੰ ਡੂੰਘਾ ਕਰ ਦਿਓ ਕੋਈ ਹਿਸਾਬ ਲਾਓ ਨਾ ਉਹਦਾ ਤੁਸੀਂ ਅਸੀਂ ਉਹਨੂੰ ਡੂੰਘੇ ਕਰ ਦਈਏ ਸਾਨੂੰ ਕੀ ਪਤਾ ਵੀ ਹੈ ਉਹਨੇ ਕਿੰਨੇ ਤੋਂ ਪਾਣੀ ਚੁੱਕਿਆ ਪੈਪ ਉਹਨਾਂ ਨੇ ਕਿੱਦਾਂ ਦੇ ਪਾਏ ਆ ਪੈਪਾਂ ਦੇ ਵਿੱਚ ਫਰਕ ਆ ਭਾਜੀ ਅਸੀਂ ਪੈਪ ਸਾਡੇ ਕੋਲ ਹੋਰ ਆ ਉਹਨਾਂ ਕੋਲ ਪੈਪ ਹੋਰ ਆ ਅੱਛਾ ਤੁਹਾਨੂੰ ਕਿੰਨੇ ਚਿਰ ਹੋ ਗਿਆ ਕੰਮ ਕਰਨ ਮੈਨੂੰ ਤਾਂ ਮੈਂ ਹੋ ਗਏ ਨੇ ਕੋਈ ਤਕਰੀਬਨ 13 ਸਾਲ 13-14 ਸਾਲ 13-14 ਸਾਲਾਂ 'ਚ ਤੁਸੀਂ ਇਹ ਕਦੀ ਕਿਸੇ ਨੂੰ ਕਿਹਾ ਵੀ ਪਾਣੀ ਖਿੱਚਿਆ ਚੁੱਕਿਆ ਕੀ ਮਤਲਬ ਚੋਰੀ ਚੁੱਕਿਆ ਹੁੰਦਾ ਵਾ ਪਾਣੀ ਇੰਝ ਚੁੱਕਿਆ ਜਾਂਦਾ ਮੈਨੂੰ ਭਾਜੀ ਖਿੱਚਿਆ ਵੀ ਚੁੱਕਿਆ ਇੱਕੋ ਜਿਹਾ ਹੁੰਦਾ ਨਾ ਬੋਲੀ ਤੁਹਾਡੀ ਸਹੀ ਨਹੀਂ ਹੈਗੀ ਭਾਜੀ ਹੈ ਚੁੱਕਿਆ ਲੈ ਭਾਜੀ ਖਿੱਚਿਆ ਇੱਕ ਬੰਦੇ ਨੇ ਸਾਡੇ ਸਾਹਮਣੇ ਸਾਈਕਲ ਚੁੱਕਿਆ ਸੀ ਉਹਨੂੰ ਉਹ ਮਾਰ ਪਈ ਕਿਸੇ ਬੰਦੇ ਨੇ ਉੱਥੋਂ ਇੱਕ ਬੰਦੇ ਦਾ ਬਾਹਰੋਂ ਪੀਪਾ ਜਿਹਾ ਚੁੱਕ ਲਿਆ ਕਿ ਉਹਦਾ ਭਰਿਆ ਉਹਨੂੰ ਉਹ ਫੈਂਟੀ ਪਈ ਇਹ ਪਾਣੀ ਚੁੱਕਦਾ ਤੇ ਇਹਦਾ ਵੇਲ ਆਉਂਦਾ ਇਹਨੂੰ ਕਹਿੰਦੇ ਕੁਛ ਨਹੀਂ ਉਹ ਭਾਜੀ ਤੁਸੀਂ ਤਾਂ ਗੱਲ ਐਵੇਂ ਲੈ ਕੇ ਫਜ਼ੂਲ ਬਹਿ ਗਏ ਹੋ ਅੱਛਾ ਗੱਲ ਕੁਛ ਵੀ ਨਹੀਂ ਹੈਗੀ ਚਲੋ ਭਾਜੀ ਫਿਰ ਠੀਕ ਆ 8,500 ਰੁਪਇਆ ਹੋ ਗਿਆ ਤੁਹਾਡਾ ਸਾਡੇ ਵੱਲ ਹਾਂਜੀ ਮਾਲ ਚੁੱਕੋ ਆਪਣਾ ਪੰਪ ਦਾ ਪਾਣੀ ਉੱਥੇ ਕਿੰਨੇ ਭਾਜੀ 27,000 ਰੁਪਏ ਦਾ ਪੰਪ ਆ ਇਹ ਜਿਹੜਾ ਹਾਂਜੀ ਇਹ ਤੇ ਸਹੀ ਨਹੀਂ ਕਰਨ ਦੇ ਇਹ ਖਰਾਬ ਆ ਪੰਪ ਕੋਈ ਨਵਾਂ ਪੰਪ ਦੇ ਨਹੀਂ ਨਹੀਂ ਖਰਾਬ ਨਹੀਂ ਹੈਗਾ ਹਾਂ ਇਹ ਨਵਾਂ ਜੋੜ ਲਏ ਆ ਭਾਜੀ ਆਹ ਵੇਖੋ ਨਾ ਖਰਾਬ ਅੱਲਾ ਮਾਫੀ ਦੇਵੇ ਆਹ ਵੇਖੋ ਅਜੇ ਤੇ ਆਹ ਵੇਖੋ ਲੱਗੇ ਆ ਭਾਜੀ ਤੇ ਆਹ ਛਾਪਰ ਆ ਜੋੜ ਰਹੇ ਆ ਮੈਨੂੰ ਐਸਾ ਪੰਪ ਦੇਣਾ ਇਧਰੋਂ ਬੰਦ ਹੋਵੇ ਬੰਦਾ ਦਿਨ ਦੇ ਟਾਈਮ ਉਹ ਚ ਦਹੀਂ ਵੀ ਲਿਆ ਸਕੇ ਹੈ ਆਹੋ ਕਿਤੇ ਨਾਲ ਦਿਆਂ ਨੂੰ ਪੰਪ ਰਹਿਣ ਦੇ ਉਹ ਲੈ ਜਾਓ ਚ ਦਹੀਂ ਲੈ ਆਓ ਇਹ ਤਾਂ ਵੈਸੇ ਵੀ ਤੁਸੀਂ ਮੰਗ ਵੀ ਸਕਦੇ ਹੋ ਤੁਹਾਡੇ ਮੂੰਹ ਵੀ ਇੰਜ ਦਾ ਹੀ ਆ ਵੀ ਤੁਸੀਂ ਇਹਦੇ ਵਿੱਚ ਮੰਗ ਵੀ ਸਕਦੇ ਹੋ ਅੱਲਾ ਦੇ ਨਾਂ ਤੇ ਮਤਲਬ ਕਿਉਂ ਇਸ ਵਜ੍ਹਾ ਤੋਂ ਨਹੀਂ ਤੁਸੀਂ ਗੱਲ ਜੋ ਉਦਾਂ ਨਹੀਂ ਕਰ ਰਹੇ ਵੀ ਦਹੀਂ ਇੰਜ ਲਿਆਉਣਾ ਵੀ ਮੇਰਾ ਮਤਲਬ ਆ ਵਿੱਚ ਮੋਰੀਆਂ ਜੀ ਹੋਈਆਂ ਜਾਂ ਇਹਦੇ ਨਾਲੋਂ ਨਾ ਹੀ ਲਾਓ ਇਹਨੂੰ ਮੋਰੀਆ ਭਾਜੀ ਅਸੀਂ ਆਪ ਰੱਖੀ ਆ ਆਕਸੀਜਨ ਨਿਕਲਦਾ ਗੈਸ ਗੂਸ ਬਾਹਰ ਨਿਕਲਦੀ ਆ ਅਗਰ ਇਹ ਹੀਟ ਨਾ ਨਿਕਲੇ ਤਾਂ ਸੜ ਜਾਂਦਾ ਪੰਪ ਕਿੰਨੇ ਪੈਸੇ ਛੱਡੋਗੇ ਪੰਪ 'ਚੋਂ ਪੰਪ 'ਚੋਂ ਕੋਈ ਨਹੀਂ ਭਾਜੀ 27,000 ਰੁਪਇਆ ਦਾ 27,500 ਹੈ ਇਹਦਾ ਪਾਣੀ ਖਿੱਚਣ ਨਾਲ ਕੋਈ ਤਲਕ ਹੈਗਾ ਵਾ ਕਿਹਦਾ ਇਹਦਾ
ਭਾਜੀ ਆ ਮੋਟਰ ਚੱਲਦੀ ਨਹੀਂ ਹੈਗੀ ਆ ਪੱਖਾ ਚੱਲ ਨਹੀਂ ਰਿਹਾ ਇਧਰ ਵੇਖੋ ਉਹ ਤੇ ਉਹਦਾ ਚੱਲਦਾ ਨਾ ਇਹਦਾ ਕੋਈ ਤਲਕ ਹੈਗਾ ਉਹਦੇ ਨਾਲ ਇਹਦਾ ਕੋਈ ਤਲਕ ਨਹੀਂ ਹੈਗਾ ਚਲੋ ਇਹਦਾ ਤੁਸੀਂ 10000 ਵਿੱਚੋਂ ਕੈਨਸਲ ਕਰ ਦਿਓ ਨਾ ਰਹਿਣ ਦਿਓ ਬਕਾਇਆ ਤੁਹਾਡਾ 17000 ਆ ਤੁਸੀਂ ਆ ਉਰੇ ਆਓ ਜ਼ਰਾ ਇਧਰ ਅੱਗੇ ਨੂੰ ਹੋਵੋ ਆ ਜਦੋਂ ਚੱਲਣਾ ਆ ਹਾਂਜੀ ਆ ਜਦੋਂ ਕੋਲੋਂ ਦੀ ਇੱਥੇ ਕਿਸੇ ਨੇ ਲੰਘਣਾ ਆ ਹਾਂ ਹੈ ਉਹਨਾਂ ਦਾ ਤੁਹਾਡਾ ਲਾ ਲੈਣਾ ਮਾਸ ਵੈਸੇ ਹੀ ਕੋਈ ਬੱਚਾ ਕੋਲ ਆ ਜਾਵੇ ਕੋਈ ਲੰਘਦਾ ਕੋਲ ਆ ਜਾਵੇ ਇਹਦਾ ਪਿੰਨੀ ਪਾੜ ਦੇਣੀ ਹੈ ਕੋਈ ਨਹੀਂ ਪਿੰਨੀ ਪਾੜ ਸਿਆਲੇ ਜ਼ਖਮੀ ਕਰਵਾ ਦੇਣੇ ਆ ਤੂੰ ਹੈ ਇਹ ਨਹੀਂ ਤੁਸੀਂ ਇਹਦਾ ਬਚਾ ਕਰ ਰਹੇ ਹੋ ਭਾਈ ਉਹ ਬੱਚੇ ਨੂੰ 250 ਦੀ ਪੱਟੀ ਹੋ ਜਾਣੀ ਆ 10000 ਰੁਪਇਆ ਮੇਰਾ ਬਚਣ ਦਿਆ ਮੈਂ ਕਿਉਂ ਨਾ ਉਹ 250 ਦੀ ਪੱਟੀ ਹੁਣੀ ਫਿਰ ਹੁੰਦੀ ਹੀ ਰਹਿਣੀ ਆ ਤੇਰੇ ਤਾਂ ਸਿਆਲੇ ਜੀ ਜੇ ਮਸਤ ਹੋਏ ਕੋਲੋਂ ਦੀ ਲੰਘੇ ਇਹਨੇ ਤਾਂ ਪਾੜ ਦਿਆ ਕਰਨੀਆਂ ਪਿੰਨੀਆਂ ਕਿਸੇ ਬੱਚੇ ਦੇ ਕੋਲੋਂ ਦੀ ਲੰਘਿਆ ਤੇ ਇਹਨੇ ਵੈਸੇ ਬੱਚੇ ਦਾ ਗੁੱਟ ਖਾ ਜਾਣਾ ਇਹ ਉਹ ਮੋਟਰ ਆ ਨਹੀਂ ਉੱਥੋਂ ਬੱਚੇ ਸਾਡੇ ਲੰਘਣੇ ਨਹੀਂ ਜਿੱਥੇ ਮੈਂ ਪੰਪ ਲਵਾਉਣਾ ਭਾਜੀ ਲੰਘ ਜਾਂਦੇ ਆ ਨਹੀਂ ਭਾਜੀ ਮੈਂ ਉਸ ਮੰਜੀ ਡਾਹ ਕੇ ਬੈਠਾ ਰਹੇਗਾ ਭਾਜੀ ਪਰੇ ਨੂੰ ਹੋ ਜੀ ਅਸੀਂ ਲਵਾਇਆ ਆ ਅੱਛਾ ਇਹ ਦੱਸੋ ਝਾਲ ਵਾਲੇ ਇਲਾਕੇ ਚੋਂ ਕਿੰਨੇ ਫੁੱਟ ਤੇ ਪਾਣੀ ਹੈ ਇਸ ਟਾਈਮ ਤੁਸੀਂ ਲਾਉਂਦੇ ਰਹਿੰਦੇ ਪੰਪ ਤੁਹਾਨੂੰ ਪਤਾ ਹੋਏਗਾ ਭਾਜੀ ਇਹ ਨਹੀਂ ਪਤਾ ਇਹ ਕੁਝ ਕਿਹਾ ਨਹੀਂ ਜਾ ਸਕਦਾ ਲਾਵਾਂਗੇ ਪਤਾ ਲੱਗ ਜਾਏਗਾ ਕਿੰਨੇ ਤੇ ਆ ਕੋਈ ਥੋੜਾ ਬਹੁਤ ਅੰਦਾਜ਼ਾ ਤੇ ਹੁੰਦਾ ਨਾ ਅੰਦਾਜ਼ਾ 100 110 15 20 ਤੇ ਹੁੰਦਾ ਹੋਰ ਕਿੰਨੇ ਤੇ ਹੁੰਦਾ 110 15 20 ਠੀਕ ਹੋ ਗਿਆ ਹਾਂਜੀ ਇਹਦਾ ਮਤਲਬ ਆ ਕਿ 16 ਫੁੱਟ ਵੈਸੇ ਉਹ ਨੀਵਾਂ ਵਾ ਤੇ ਅੱਗੇ ਕੱਢ ਕੇ 20 ਚ 16 ਕੱਢ ਦੀ 104 ਫੁੱਟ ਮਾਲ ਪਏਗਾ ਜੀ ਉਹ ਚ ਆ ਤੁਹਾਡੇ ਪੈ ਪੂ ਹਾਂਜੀ ਠੀਕ ਆ ਜੀ ਚਲੋ ਫਿਰ ਬਿਸਮਿਲਾ ਕਰੋ ਬੰਦੇ ਆਪਣੇ ਸੱਦੋ ਤੁਸੀਂ ਨਾਲ ਚੱਲੋ ਤੇ ਪੰਪ ਲਾਓ ਸਾਡਾ ਪੰਪ ਭਾਜੀ ਅਸੀਂ ਘੰਟੇ ਕੁ ਬਾਅਦ ਅਸੀਂ ਆਵਾਂਗੇ ਕਿਉਂਕਿ ਆ ਪੰਪ ਇੱਕ ਲਾਉਣਾ ਆ ਇਹ ਜ਼ਰੂਰੀ ਆ ਇਹਨੂੰ ਤੁਸੀਂ ਪਰੇ ਨੁਕਰੇ ਲਾ ਲਓ ਨਾ ਤੁਸੀਂ ਮੇਰੇ ਨਾਲ ਨਹੀਂ 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 ਭਾਜੀ ਇਹ ਨਹੀਂ ਗੱਲ ਪਤਾ ਕੀ ਗੱਲ 3-4 ਫੋਨ ਆ ਗਏ ਨੇ ਉਹਨਾਂ ਦੇ ਠੀਕ ਹੈ ਮੁੰਡਾ ਲਾਉਣ ਗਿਆ ਪੰਪ ਫੋਨ ਬੰਦ ਕਰ ਲਓ ਨਾ ਅੱਗੇ ਕੀ ਲੋੜ ਆ ਤੇ ਨਹੀਂ ਅੱਛੀ ਗੱਲ ਨਹੀਂ ਹੈਗੀ ਮਾਲ ਦੇਣਾ ਆ ਨਾ ਸਾਡੇ ਨਾਲ ਘੰਟੇ ਤੱਕ ਆ ਜਾਂਦੇ ਜਿੱਥੇ ਤੁਸੀਂ ਕਹਿੰਦੇ ਹੋ ਚਲੋ ਫਿਰ ਪਹੁੰਚ ਆ ਪੰਪ ਅਸੀਂ ਆਪਣਾ ਲਾਉਣਾ ਆ ਆ ਪੰਪ ਵੀ ਨਵਾਂ 27000 27 ਸਾਢੇ 7 ਸਾਢੇ 8 17000 ਆ ਰਹਿਣ ਦਿਓ ਕਿਹਦਾ ਉਹ ਨਹੀਂ ਭਾਜੀ ਇਹ ਨਾਲ ਲੱਗਣਾ ਹੈ ਰਹਿਣ ਕਿੱਦਾਂ ਦਈਏ ਅਸੀਂ ਕੈਸੀ ਗੱਲ ਕਰੀ ਜਾਂਦੇ ਆ ਇਹਦੇ ਉੱਤੇ ਲੱਗਣਾ ਹੈ ਨਾਲ ਨਾਲ ਦੇ ਲੱਗਣਾ ਮੇਰਾ 10000 ਬਚਣ ਦਿਆ ਤੁਸੀਂ ਨਾ ਨਾ ਲਾਓ ਉਹ ਭਾਜੀ ਇਹ 2-300 ਦਾ ਆ ਆ ਜਿਹੜਾ ਆਹੋ ਆ 2-300 ਦਾ 2-300 ਦਾ ਇਹ ਭਾਈ ਤੁਸੀਂ ਆਹ ਨਾਲੋਂ ਲਾ ਲਓ ਨਾ ਮੇਰਾ ਜਿਹੜਾ 15000 ਬਚਦਾ ਵਾ ਇਹ ਮੇਰੇ ਕੋਲ ਪੁਰਾਣੇ ਪੰਪ ਦਾ ਪਿਆ ਵਾ ਉਹ ਐਡਾ ਕਿਸੇ ਪੰਪੋਂ ਵੀ ਲੱਗ ਜਾਣਾ ਇਹਨੂੰ ਉਹ ਭਾਜੀ ਇਹ ਕੀ ਕਰਨਾ ਆ ਕੀ ਕਰਨਾ ਤੁਸੀਂ ਇਹ ਅਸੀਂ ਕਰਨਾ ਹੀ ਕੁਛ ਨਹੀਂ ਉੱਥੇ ਬੜੀ 500-600 ਰੁਪਏ ਦਾ ਵਿਕੇਗਾ ਇਹ ਹੋਰ ਕਿਤੇ ਦਾ ਵਿਕਦੇ 400 ਦਾ ਵਿਕਣਾ ਇਹ 500 ਵੀ ਮੈਂ ਜ਼ਿਆਦਾ ਦੱਸਿਆ ਅੱਛਾ ਚਲੋ ਆਹ ਜਿਹੜਾ ਹਿੱਸਾ ਵਾ ਇਹ ਤੁਸੀਂ ਲਾ ਲਓ ਨਾ ਇਹ ਮੈਂ ਪੁਰਾਣੇ ਪੰਪ ਦਾ ਮੋਟਰ ਤੇ ਪਿੱਛੇ ਆ ਉਹ ਭਾਜੀ ਇਹ ਬੇਕਾਰ ਹੋਣਾ ਇਹ ਤੋਂ ਬਗੈਰ ਉਹ ਭਾਜੀ ਮੇਰਾ ਜੀ 18000 ਰੁਪਇਆ ਇਹਨੂੰ ਲਾਇਆ ਬਚਾ 18000 ਰੁਪਇਆ ਕਿੱਥੇ ਭਾਜੀ 4-5 ਬੜੀਆ ਤੇ 1200 ਰੁਪਏ ਦਾ ਹੋਏਗਾ ਬਦਨ ਦੇਖ ਲਾਂਗੇ 1200-1100 ਰੁਪਏ ਦਾ ਹੋਏਗਾ ਇਹ ਚਲੋ ਫਿਰ ਤੁਸੀਂ ਅੱਲਾ ਕੀ ਕਰਨਾ ਤੁਸੀਂ ਆ ਮੋਟਰ ਲਾ ਲਓ ਨਾ ਮੈਂ ਉਹ ਵੈਂਡ ਕਰਾ ਕੇ ਪੁਰਾਣੇ ਦੀ ਲਾ ਦੇਣਾ ਵਾ ਬਕਾਇਆ ਠੀਕ ਆ ਉਹਨੂੰ ਕੀ ਕਰੋਗੇ ਤੁਸੀਂ ਮੈਂ ਉਹ ਲਾ ਦੇਣਾ ਵਾ ਮੇਰਾ ਚਲੋ ਇਧਰੋਂ 20000 ਬਚਣ ਦੇ ਆ ਵਾ ਓ ਯਾਰ 20000 ਕਿੱਦਾਂ ਬਚਣਾ ਆ ਕਿਸੇ ਨੂੰ ਪੁਰਾਣੀ ਮੋਟਰ ਤੁਸੀਂ ਦਿਓ ਕਿੰਨੇ ਦੀ ਹੋ ਜਾਏਗੀ 1200-1500 ਦੀ 2000 ਦੀ ਹੋ ਜਾਏਗੀ ਅੱਛਾ 2000 ਦੀ ਆ ਹੋ ਗਈ 1200 ਦਾ ਆ ਹੋ ਗਿਆ 600 ਦਾ ਆ ਤੇ 300 ਦਾ ਹੋ ਆਹੋ ਹੈ ਇਹ ਤੇ ਸਾਰਾ ਹੀ ਤੇਰਾ 4-5000 ਰੁਪਇਆ ਬਣਨ ਦੇ ਆ ਵਾ ਭਾਈ ਤੂੰ 27000 ਇਹਦਾ ਕਿਹੜੀ ਗੱਲੋਂ ਮੰਗਣ ਦੇ ਆ ਉਹ ਭਾਈ ਨਵਾਂ ਪੰਪ ਆ ਤੂੰ ਮੈਨੂੰ ਕਹਿੰਦਾ ਆ ਲਾ ਕੇ ਦੇ ਦੇ ਜਦੋਂ ਇਕੱਲੀ ਚੀਜ਼ ਵੇਚਣੀ ਇੱਕ ਬਾੜੀ ਜਾਂ ਕਿਸੇ ਕੋਲ ਜਾਣਾ ਆ ਉਹ ਇੰਨੇ ਦੀ ਵਿਕਣੀ ਹੈ ਇਹ ਨਵਾਂ ਪੰਪ ਹੈਗਾ ਆ ਤੂੰ ਕੋਈ ਤੂੰ ਤਾਂ ਕਹਿੰਦਾ ਆ ਲਾ ਕੇ ਦੇ ਦੇ ਇਹ ਇਕੱਲਾ ਲਿਜਾਣਾ ਤੇ ਇੰਨੇ ਦਾ ਵਿਕਣਾ ਇਹ ਚਲੋ ਠੀਕ ਆ ਤੂੰ ਆਇਆ ਕਿੱਧਰ ਭਾਈ ਇਹਦਾ ਕਾਪੀ ਲੈਟਰ ਦੇਂਗਾ ਨਾਲ ਕਾਪੀ ਲੈਟਰ ਕਹਿੰਦਾ ਕੀ ਗੱਲ ਆ ਪੰਪ ਚਲਾਵਾਂ ਲਗਨ ਲੈਣ ਲੱਗਾ ਤੂੰ ਮੈਂ ਪੰਪ ਚਲਾਵਾਂ ਮੇਰਾ ਕਿਤੇ ਚਲਾ ਲੈ ਤੂੰ ਪੰਪ ਚਲਾਉਣਾ ਤੂੰ ਸਵਾਰੀਆਂ ਲਾਉਣੀਆਂ ਹੈ ਤੂੰ ਇੱਥੇ ਸਵਾਰੀਆਂ ਲਾ ਕੇ ਤੂੰ ਪਿੰਡੀ ਲੈ ਕੇ ਜਾਣਾ ਹੈ ਇਹਦਾ ਕਾਪੀ ਲੈਟਰ ਦੇਣਾ ਇਹਦਾ ਚੀਜ਼ ਲੈ ਕਾਪੀ ਲੈਟਰ ਦੇਣਾ ਮੈਂ ਤੈਨੂੰ ਦਿੰਦਾ ਕਾਪੀ ਤੈਨੂੰ ਮੈਂ 125 ਵੇਚਣ ਡਿਆ ਇਹਦਾ ਕਾਪੀ ਲੈਟਰ ਕਾਹਦਾ ਹੋਇਆ ਗਾਕਾਂ ਨੇ ਗੁੱਸੇ 'ਚ ਕਿਹੜੀ ਗੱਲ ਨਹੀਂ ਯਾਰ ਤੂੰ ਕਾਪੀ ਲੈਟਰ ਮੰਗੀ ਜਾਣ ਡਿਆ ਇਹਦਾ ਕਾਹਦਾ ਕਾਪੀ ਲੈਟਰ ਇਹ ਸਾਲ ਦੀ ਅਸੀਂ ਗਰੰਟੀ ਦੇ ਦਿੰਦੇ ਹਾਂ ਹੁਣ ਕੀ ਗਰੰਟੀ ਹੈ ਵੀ ਸਾਲ 'ਚ ਖਰਾਬ ਹੋ ਗਿਆ ਅਸੀਂ ਤਾਂ ਲੱਭਦੇ ਰਵਾਂਗੇ ਫਿਰ ਇੱਦਾਂ ਕਰਦੇ ਨੇ ਪੰਪ ਲੈ ਜਾ ਮੈਂ ਬੱਚੇ ਲੈ ਕੇ ਤੇਰੇ ਘਰ ਰਹਿ ਲੈਂਦਾ ਸਾਲ ਠੀਕ ਹੈ ਕਿ ਨਹੀਂ ਉਹ ਤੂੰ ਸਾਨੂੰ ਰੋਟੀ ਵੀ ਖਵਾਈ ਜਾਈ ਬੱਚਿਆਂ ਮੇਰੇ ਤਾਂ ਵੀ ਖਰਚਾ ਚੁੱਕੀ ਜਾਵੀ ਤਾਂ ਕਿ ਜਦੋਂ ਖਰਾਬ ਹੋਵੇ ਮੈਂ ਕੋਲ ਤਾਂ ਬੈਠਾ ਹੋਵਾਂ ਆ ਬੰਦਾ ਤੈਨੂੰ ਲਾਮਾ ਤੇ ਦੇ ਹਾਂ ਸਹੀ ਹੈ ਇਹ ਪੰਪ ਲਵਾਉਣਾ ਜੇ ਮਰੀਜ਼ ਕਿਤੇ ਦਾਖਲ ਕਰਨਾ ਸਾਨੂੰ ਸਿਰਾਣੇ ਬਿਠਾਉਣਾ ਤੂੰ ਤੂੰ ਪੰਪ ਹੀ ਆਪਣੇ ਨਾਲ ਲਾ ਲਾ ਹਾਂ ਮੈਂ ਬੱਚੇ ਲੈ ਕੇ ਤੇਰੇ ਨਾਲ ਆ ਜਾਣਾ ਇਹ ਕਿਹੜਾ ਕੰਮ ਹੋਇਆ ਪੰਪ ਦੇ ਵਿੱਚ ਨਿਆਣੇ ਤੇਰੇ ਮੂੰਹ ਦੇ ਕੇ ਸੌਂਦੇ ਆ ਪੰਪ ਮਜਬੂਰੀ ਹੈ ਪਤਾ ਨਹੀਂ 27000 ਦਾ ਮੂੰਹ ਦੇ ਕੇ ਸੌਣ ਵੀ ਜਾਣ ਤੇ ਕਹਿਣਗੇ ਸੀ 27000 ਕਹਿਣਗੇ 27000 ਨੂੰ ਭਾਜੀ ਦੱਸ ਦੱਸੋ ਜਲਦੀ ਕਰੋ ਮੈਨੂੰ ਜਾਣਾ ਮੈਂ ਮੁੰਡਾ ਦਾ ਕੱਲਾ ਲੱਗਾ ਭਾਜੀ 120 ਫੁੱਟ ਤੇ ਤੁਸੀਂ ਕਿਹਾ ਵਾ ਪਾਣੀ 16 ਫੁੱਟ ਅੱਗੇ ਨੀਵਾ ਵਾ 104 ਫੁੱਟ ਦਾ ਮਾਲ ਤੇ ਤੁਸੀਂ ਨਾਲ ਚਲੋ ਪੰਪ ਲਾਓ ਉੱਥੇ ਪੰਪ ਕਿੱਥੇ ਲਾਉਣਾ ਆ
मेनू ला दिंदा मुंडा फिर मैं आगे करदा है जगह वेख उते लाओ टक टुक किथे लाउणा किथे जा गल इह आ के 53,500 ਬਣਦਾ ਵਾ 50,000 ਤੈਨੂੰ ਪੂਰਾ ਦੇ ਦੇਣਾ ਭਾਜੀ ਦੇਖੋ ਤੁਹਾਡੀ ਮਿਹਰਬਾਨੀ ਹੈ ਕੁਛ ਘੱਟ ਨਹੀਂ ਕਰਾਇਆ ਨਹੀਂ ਨਹੀਂ ਇਹ ਘੱਟ ਵਾਲਾ ਮਸਲਾ ਹੀ ਨਹੀਂ ਹੈ ਅਸੀਂ ਤਾਂ ਤੁਹਾਡੇ ਕੋਲ ਪੈਸੇ ਲੈਣੇ ਜਿਹੜੇ ਜੈਨੂਇਨ ਜੈਨੂਇਨ ਪੈਸੇ ਆ ਅਸੀਂ ਤਾਂ ਤੁਹਾਨੂੰ ਕੋਈ ਗੱਲ ਕਰ ਹੀ ਨਹੀਂ ਰਹੇ ਹੈਗੇ 8,500 ਰੁਪਏ ਮਜ਼ਦੂਰੀ ਤੁਹਾਨੂੰ ਦੱਸਿਆ ਚਲੋ ਆਪਣੀ ਖੁਸ਼ੀ ਦਾ ਮਠਿਆਈ ਜੋਗੇ ਪੈਸੇ ਛੱਡੋ ਨਾ ਮੈਂ ਮਠਿਆਈ ਤੁਹਾਨੂੰ ਪੈਸੇ ਖਵਾ ਦਿਆਂਗਾ ਭਾਜੀ ਮਠਿਆਈ ਪੈਸੇ ਖਵਾ ਦਿਆਂਗਾ ਪਤਾ ਕੀ ਗੱਲ ਕੰਮ ਸਿਰ ਚੜਿਆ ਆ ਅਸੀਂ ਤਾਂ ਪਤਾ ਨਹੀਂ ਕਿੱਦਾਂ ਟਾਈਮ ਕੱਢ ਕੇ ਹੁਣ ਤੁਹਾਡੇ ਨਾਲ ਜਾਣਾ ਯਾਰ ਤੁਸੀਂ ਜੀ ਪੰਪ ਲਾਉਣਾ ਉਹ ਤੇ ਨਾਲ ਮਠਿਆਈ ਲੈ ਕੇ ਆਓ ਲੋਕਾਂ ਨੇ ਕਹਿਣਾ ਨਹੀਂ ਮਠਿਆਈ ਭਾਜੀ ਕਿਉਂ ਲੈ ਕੇ ਪੰਪ ਸੂਪਿਆ ਆ ਪੰਪ ਨੇ ਕੋਈ ਬੱਚਾ ਦੇਤਾ ਵੀ ਅਸੀਂ ਖੁਸ਼ੀ ਮਨਾਉਣੀ ਆ ਤੇ ਨਾਲ ਮਠਿਆਈ ਲੈ ਕੇ ਆਓਗੇ ਮੱਲਾ ਕੀ ਸੋਚੇਗਾ ਵੀ ਹਰੇ ਕੁੜਮ ਆਏ ਨੇ ਇਹਨਾਂ ਦੇ ਮਠਿਆਈ ਕਾਹਦੇ ਲੈ ਕੇ ਆਈਏ ਯਾਰ ਕੀ ਗੱਲ ਆ ਤੁਸੀਂ ਉਸ ਇਲਾਕੇ 'ਚ ਪਹਿਲੀ ਦਫਾ ਪੰਪ ਲੱਗਣਾ ਹੈ ਪਹਿਲੀ ਦਫਾ ਪੰਪ ਲੱਗਣਾ ਉਸ ਇਲਾਕੇ 'ਚ ਦੱਸ ਯਾਰ ਇਹਦੇ ਐਵੇਂ ਗੱਲਾਂ ਤੁਸੀਂ ਕਰਨ ਦੇ ਹੋ ਤੂੰ ਵੀ ਐਵੇਂ ਗੱਲਾਂ ਕਰੀ ਜਾ ਰਿਹਾ ਭਰਾਵਾਂ ਨਾਲ ਗੱਲ ਨਾ ਬਾਤ ਚਲੋ ਠੀਕ ਆ ਤੁਸੀਂ ਭਾਈ ਜਾਨ ਚੁੱਕੋ ਸਮਾਨ ਲਦਾ ਮੁੜਿਆ ਕੋ ਦਿਓ ਆਵਾਜ਼ ਨੂੰ ਭਾਈ ਓ ਸਮਾਨ ਲਦਾ ਯੂਜ਼ਵ ਭਾਜੀ ਪੈਪ ਇੱਕ ਨੰਬਰ ਹੋਣਾ ਚਾਹੀਦਾ ਮੈਂ ਰੋਜ਼ ਰੋਜ਼ ਲਾਮਾ ਨਾ ਦੇਵਾਂ ਭਾਜੀ ਪੈਪ ਸਾਡੇ ਹੁੰਦੇ ਹੀ ਇੱਕ ਨੰਬਰ ਤੁਸੀਂ ਕਿਦਾਂ ਕਹਿ ਸਕਦੇ ਵੀ ਤੇਰੇ ਲੱਕ 'ਚ ਮਾਰ ਕੇ ਦੇਖ ਲੈਨੇ ਆ ਤੇਰੇ ਲਾਸ਼ ਪੈ ਤਾਂ ਸਮਝ ਲਈ ਇੱਕ ਨੰਬਰ ਆ ਤੈਨੂੰ ਕਹੀ ਜੇ ਇੱਕ ਨੰਬਰ ਆ ਕਿੱਦਾਂ ਇੱਕ ਨੰਬਰ ਆ ਕਿੱਦਾਂ ਦੋ ਨੰਬਰ ਆ ਤੈਨੂੰ ਸਮਝ ਨਹੀਂ ਆਉਣ ਡਈ ਇਹ ਨਾ ਨਾ ਵੇ ਹੁਣ ਤੁਸੀਂ ਪੈਸੇ ਵੀ ਪੂਰੇ ਲਵੋ ਤੇ ਸ਼ਾਵਾ ਦੋ ਨੰਬਰ ਪਾ ਲੈ ਦੋ ਨੰਬਰ ਪਾ ਦੇ ਏਡਾ ਤੂੰ ਕਿਤੇ ਬੱਚਾ ਪੂਰਾ ਹਿਸਾਬ ਕਰਨ ਡਿਆ ਆ ਹਜੇ ਤੂੰ ਭੋਲਾ ਬਣਿਆ ਆ ਚਲੋ ਲਦਾਓ ਮਾਲ ਤੁਰੀਏ ਫਿਰ ਆ ਵੇ ਮੁੰਡਾ ਲੈ ਬੈਗ ਕਰ ਇਹਨੂੰ ਬੈਗ ਕਰ ਕੇ ਪੈਪ ਰਖਾ ਸਾਰਾ ਕੁਝ ਰਖਵਾ ਆ ਹੁਣ ਜਾਣਾ ਕਿੱਥੇ ਆ ਤੁਸੀਂ ਇਹ ਝਾਲ ਵਾਲਾ ਪੁਲ ਨਹੀਂ ਹੈਗਾ ਆਹੋ ਇਹਨੂੰ ਤੁਸੀਂ ਚੜਨਾ ਤੇ ਫਿਰ ਲੱਥਣਾ ਅੱਗੇ ਨਹਿਰ ਆ ਜਾਂਦੀ ਹੈ ਉਹਦੇ ਨਾਲ ਹੀ ਅੰਡਰਪਾਸ ਆ ਉਹ ਚਲਾ ਦਿਓ ਪੰਪ ਅੰਡਰਪਾਸ ਦੇ ਵਿੱਚ ਲਾਉਣਾ ਹੈ ਵਿਚਕਾਰ ਲਾਉਣਾ ਬਿਲਕੁਲ ਵਿਚਕਾਰ ਜਿੰਨੇ ਫੁੱਟ ਇਧਰੋਂ ਛੱਡਣੀ ਜਗ੍ਹਾ ਉਹਨੇ ਫੁੱਟ ਉਧਰੋਂ ਵਿਚਕਾਰ ਪੰਪ ਲਾਉਣਾ ਤੇਰਾ ਦਿਮਾਗ ਸਹੀ ਹੈ ਭਰਾਵਾ ਵਿਚਕਾਰ ਕਿੱਥੇ ਅਸੀਂ ਲਾਉਣਾ ਆ ਗੱਡੀਆਂ ਬੱਸਾਂ ਚੱਲਣ ਡਈਆਂ ਆ ਟ੍ਰੈਫਿਕ ਚੱਲਣ ਡਈ ਆ ਅਸੀਂ ਉਹਦੇ ਸੈਂਟਰ ਦੇ ਵਿੱਚ ਕਿੱਥੇ ਲਾ ਦਈਏ ਪੰਪ ਭਾਜੀ ਜਿਹੜੀ ਅੰਡਰਪਾਸ 'ਚ ਗੱਡੀ ਖਰਾਬ ਹੁੰਦੀ ਆ ਇਹਨਾਂ ਨੂੰ ਧੱਕਾ ਲਾਉਣਾ ਵੀ ਔਖਾ ਹੋ ਜਾਂਦਾ ਇੱਧਰ ਵੀ ਚੜ੍ਹਾਈ ਹੁੰਦੀ ਹੈ ਇੱਧਰ ਵੀ ਓਏ ਆਪਦੇ ਅਸੀਂ ਕਿੱਧਰ ਜਾ ਕੇ ਲਾਈਏ ਉੱਥੇ ਲੋਕ ਧਿਆਏ ਜਿਹੜੇ ਆ ਪਰੇਸ਼ਾਨ ਹੁੰਦੇ ਆ ਪਿਆਸੇ ਹੁੰਦੇ ਆ ਉਹਨਾਂ ਵਾਸਤੇ ਪੰਪ ਲਵਾਉਂਦੇ ਆ ਮੈਂ ਉਹ ਪੰਪ ਉੱਥੇ ਕਿੱਥੇ ਤੂੰ ਲਾਈਏ ਉੱਥੇ ਤਾਂ ਗੱਡੀਆਂ ਹੀ ਬੰਦ ਹੁੰਦੀਆਂ ਆਉਣ ਜਾਣਾ ਨਾਲੇ ਉੱਥੇ ਅਸੀਂ ਕਿਹਨੂੰ ਦੱਸਣਾ ਵੀ ਪੰਪ ਕਿਹਨੇ ਲਵਾਇਆ ਭਾਈ ਤੁਸੀਂ ਪੈਸੇ ਹੀ ਲੈਣੇ ਆ ਨਾ ਤੇ ਤੁਸੀਂ ਕਿਹੋ ਕੋਈ ਸਰਕਾਰੀ ਬੰਦਾ ਸੀ ਉਹ ਕਹਿ ਗਿਆ ਤੇ ਸਰਕਾਰੀ ਬੰਦਾ ਅਸੀਂ ਕਿਹਦਾ ਨਾਂ ਲਈਏ ਤੁਸੀਂ ਕਿਹੋ ਕੋਈ ਸਰਕਾਰੀ ਬੰਦੇ ਦਾ ਨਾਂ ਨਹੀਂ ਹੁੰਦਾ ਸਿਰਫ ਉਹ ਸਰਕਾਰੀ ਬੰਦਾ ਹੁੰਦਾ ਕਿਆ ਸਰਕਾਰੀ ਬੰਦਾ ਕਿ ਬੰਦੇ ਦਾ ਕੋਈ ਨਾਂ ਹੁੰਦਾ ਹੈ ਕਿ ਡੀਸੀ ਸਾਹਿਬ ਨੂੰ ਲਵਾਇਆ ਜੀ ਆ ਫਲਾ ਅਫਸਰ ਨੇ ਲਵਾਇਆ ਅਸੀਂ ਕਹਿਣ ਵਾਲੇ ਤਾਂ ਬੜੀਏ ਤੂੰ ਸਿਰਫ ਸਰਕਾਰੀ ਬੰਦਾ ਕਹਿਣਾ ਜਾਂ ਸਰਕਾਰੀ ਬੰਦਾ ਹੀ ਆ ਰਿਹਾ ਦਿਮਾਗ ਤੇਰਾ ਸਹੀ ਹੈ ਪਹਿਲੀ ਗੱਲ ਤੇ ਉੱਥੇ ਪੰਪ ਕਿੱਦਾਂ ਲੱਗਣਾ ਆ ਅਸੀਂ ਪੰਪ ਲਾਉਣ ਲੱਗਣਾ ਇੱਧਰ ਬੱਸ ਆ ਜਾਣੀ ਆ ਟ੍ਰੈਫਿਕ ਚੱਲਣ ਡਈ ਆ ਤੇ ਤੁਸੀਂ ਨਾਲ ਬੰਦੇ ਵੱਧ ਲੈ ਕੇ ਆਓ ਨਾ ਉਧਰੋਂ ਨਾਲ ਐਂ ਕਰੀ ਜਾਣ ਲੈ ਐਂ ਕਰੀ ਜਾਣ ਆਹੋ ਜਾ ਕੰਮ ਕਰ ਜਾ ਕੇ ਮੇਰੇ ਵੀਰ ਜਿੰਨਾ ਉੱਚਾ ਵਾ ਨਾ ਜ਼ਮੀਨ ਤੋਂ ਇੰਨਾ ਕੀ ਉੱਚਾ ਹੋਰ ਯਾਨੀ ਨਾ ਅੰਡਰਪਾਸ ਦੇ ਵਿੱਚ ਨਾ ਐਂ ਥੰਮੀ ਜੀ ਬਣੀ ਹੋਵੇ ਉੱਥੇ ਲਾਉਣਾ ਤੁਸੀਂ ਪੰਪ ਓਏ ਉੱਥੇ ਜਾ ਕੇ ਚਿਰਾਗ ਲਾ ਕੇ ਤੇ ਵੱਡਿਆਂ ਦਾ ਖਤਮ ਦੁਆ ਜਾ ਕੇ ਓਏ ਸਾਨੂੰ ਪਾਗਲ ਸਮਝਣ ਦੇ ਆ ਯਾਰ ਅਸੀਂ ਅੰਡਰਪਾਸ ਦੇ ਵਿੱਚ ਕਿੱਦਾਂ ਲਾ ਦਈਏ ਯਾਰ ਤੂੰ 53,500 ਪੂਰਾ ਹੀ ਲੈ ਲਈ ਨਾ ਘੱਟ ਕਰ ਲੈ 53,500 ਲਾ ਦਈਏ ਅਸੀਂ ਕਿੱਦਾਂ ਅੰਡਰਪਾਸ ਲਾਈਏ ਅਸੀਂ ਲਾਉਣ ਲੱਗ ਪਏ ਪੰਪ ਪਿੱਛੇ ਬੱਸ ਆ ਜਾਵੇ ਅਗਲੀ ਸਾਨੂੰ ਥੱਲੇ ਲੈ ਕੇ ਚਲੇ ਜਾਵੇ ਤੇ ਫਿਰ ਕੀ ਆ ਬੰਦੇ ਵੱਧ ਲਿਆਇਓ ਨਾ ਬਾਅਦ 'ਚ ਦੂਸਰੇ ਲਾਉਣ ਲੱਗ ਪੈਣ ਅੱਛਾ ਮੈਂ ਮੇਰੇ ਤੋਂ ਲੰਘ ਜਾਵੇ ਬਾਅਦ 'ਚ ਮੈਂ ਦੂਸਰਾ ਬੰਦਾ ਲੈ ਆਵਾਂ ਆਹੋ ਤੇਰੇ ਪੰਪ ਤੇ 350 ਬੰਦਾ ਲੱਗਾ ਹੋਵੇ ਉੱਥੇ ਉੱਥੇ ਜਿਸ ਬੰਦੇ ਦੀ ਗੱਡੀ ਫਸਣੀ ਆ ਜਿਹੜੀ ਗੱਡੀ ਉੱਥੇ ਖਰਾਬ ਹੋਣੀ ਆ ਉਹਨੇ ਜਦੋਂ ਪਾਣੀ ਪੀਣਾ ਤੈਨੂੰ ਦੁਆਵਾਂ ਦੇਣੀਆਂ ਤੇਰੀ ਰੂਹ ਨੂੰ ਸਵਾਪ ਨਹੀਂ ਤੇ ਦੁਆਵਾਂ ਸਾਨੂੰ ਏਡੀਆਂ ਨਹੀਂ ਚਾਹੀਦੀਆਂ ਜਦੋਂ ਪਹਿਲੀ ਗੱਡੀ ਨੇ ਸਾਨੂੰ ਥੱਲੇ ਦੇ ਦੇਣਾ ਆ ਅਸੀਂ ਅੱਜ ਤਾਂ ਪੈਸੇ ਵੀ ਨਹੀਂ ਲੈ ਸਕਦੇ ਤੈਨੂੰ ਅਲਾਮਾ ਵੀ ਨਹੀਂ ਦੇ ਸਕਦੇ ਪੈਸੇ ਕਿਉਂ ਨਹੀਂ ਲੈ ਸਕਦੇ ਪੈਸੇ ਤੁਹਾਨੂੰ ਉੱਥੇ ਕਹਿਣਾ ਸੀ ਉਹ ਜਾਜ ਕੰਮ ਕਰ ਅਸੀਂ ਖਰਚ ਹੀ ਨਹੀਂ ਸਕਦੇ ਜਦੋਂ ਬੱਸ ਥੱਲੇ ਹੀ ਆ ਜਾਣਾ ਪਹਿਲੀ ਗੱਲ ਤਾਂ ਹੈਗੀ ਅਸੀਂ ਉੱਥੇ ਲਾਉਣ ਲੱਗ ਗਏ ਪੁੱਛਣ ਆ ਗਏ ਵੀ ਭਾਈ ਤੁਹਾਨੂੰ ਕਿਹਨੇ ਕਿਹਾ ਆ ਅਸੀਂ ਕਿਹਦਾ ਨਾਂ ਲਈਏ ਜਾ ਕੇ ਸਰਕਾਰੀ ਬੰਦਾ ਸਰਕਾਰੀ ਬੰਦਿਆਂ ਕੋਲ ਨਾਂ ਤਾਂ ਹੁੰਦਾ ਕਰੇ ਸਰਕਾਰੀ ਬੰਦੇ ਦਾ ਸਰਕਾਰੀ ਬੰਦੇ 20,000 ਫਿਰਨ ਦੇ ਜਦੋਂ ਕਿਸੇ ਦਾ ਨਾਂ ਲੈਣਾ ਫਿਰ ਰੌਲਾ ਪੈਣਾ ਜਦੋਂ ਕਹਿਣਾ ਸਰਕਾਰੀ ਬੰਦਾ ਫਿਰ ਕੋਈ ਰੌਲਾ ਨਹੀਂ ਲੈ ਅਗਲੇ ਕਹਿੰਦੇ ਤੇਰਾ ਸਰਕਾਰੀ ਬੰਦੇ ਦਾ ਨਾਂ ਨਹੀਂ ਹੈਗਾ ਕੀ ਦੱਸੀਏ ਤੁਸੀਂ ਇਹੀ ਕਹਿਣਾ ਕਿ ਉਹਦਾ ਏ ਨਾਲ ਨਾਂ ਸ਼ੁਰੂ ਹੁੰਦਾ ਸਰਕਾਰੀ ਬੰਦਾ ਨਹੀਂ ਆਰਡਰ ਕੀਤਾ ਏ ਨਾਲ ਨਾਂ ਸ਼ੁਰੂ ਹੁੰਦਾ ਜਾ ਕੰਮ ਕਰ ਜਾ ਕੇ ਆ ਡਬਲ ਅੰਪੀਅਰ ਆ ਨਾ ਪੰਪ ਨਾ ਜੀ ਆ ਬਾ ਲਾਓ ਫਿਰ ਬਿਸਮਿਲਾ ਕਰੋ ਉਠੋ ਨਹੀਂ ਅਸੀਂ ਨਹੀਂ ਲਾਉਣਾ ਹੈਗਾ ਅਸੀਂ ਜਾ ਕੇ ਕਹੀਏ ਜਾ ਕੇ ਲੱਖਾ ਸਾ ਬੰਦਾ ਆ ਅੰਡਰਪਾਸ ਦੇ ਵਿੱਚ ਲਾ ਦਿਓ
ਅੰਡਰਪਾਸ ਦੇ ਵਿੱਚ ਲਾਈਏ ਅੰਦਰ ਤੁਰ ਅਸੀਂ ਉਹਨਾਂ ਨੂੰ ਕੀ ਦੱਸੀਏ ਵੀ ਕਿਹਨੇ ਲਵਾਇਆ ਹੈ ਪੰਪ ਇਹੀ ਕਹਿਣਾ ਸਰਕਾਰੀ ਬੰਦੇ ਨੇ ਲਵਾਇਆ ਉਹ ਸਰਕਾਰੀ ਬੰਦੇ ਦਾ ਨਾਂ ਨਹੀਂ ਹੁੰਦਾ ਕਹਿਣਾ ਇਹ ਨਾ ਸ਼ੁਰੂ ਲੈ ਕਹਿਣਾ ਕਿਦਾਂ ਇਹ ਨਾ 150 ਬੰਦਾ 1500 ਬੰਦਾ ਜਿਹੜਾ ਨਾਲ ਸ਼ੁਰੂ ਹੁੰਦਾ ਤੇ 1500 ਬੰਦਾ ਲੈ ਨਾਜ਼ਰ ਹੋਏਗਾ ਉਹ ਚ ਪਛਾਣ ਲਈ ਲੈ ਉਹ ਚ ਮੈਂ ਵੀ ਪਛਾਣ ਲਈ ਜਾ ਕੰਮ ਕਰ ਜਾ ਕੇ ਉੱਠ ਲੈ ਹੁਣ ਸਰਕਾਰੀ ਬੰਦੇ ਅਸੀਂ ਉੱਥੇ ਜਾ ਕੇ ਪਹਿਲਾਂ ਸੜਕ ਪੁੱਟੀਏ ਠੀਕ ਹੈ ਉਹ ਪਹਿਲਾਂ ਸੜਕ ਦਾ ਪੁੱਟਣ ਹੀ ਨਹੀਂ ਦੇਣੀ ਉੱਥੇ ਤਾਂ ਇੱਕ ਸੈਕਿੰਡ ਦੇ ਵਾਸਤੇ ਟਾਈਮ ਨਹੀਂ ਹੈਗਾ 600 ਗੱਡੀ ਪਿੱਛੇ ਚੜੀ ਹੁੰਦੀ ਆ ਤੇ ਵੱਜ ਵੱਜ ਕੇ ਲਾਈ ਜਾਇਓ ਲੈ ਵੱਜ ਵੱਜ ਕੇ ਗੱਡੀਆਂ ਦੀ ਵੱਜਦੇ ਰਹੀਏ ਕੈਸੀ ਗੱਲ ਕਰਨ ਨੇ ਆ ਸਰਕਾਰੀ ਕੰਮ ਕਰਦੇ ਆ ਕਿਤੇ ਕੋ ਗੱਡੀ ਵੱਜ ਜਾ ਕਿਸੇ ਹੋਰ ਨੂੰ ਲੈ ਕੇ ਜਾ ਜਾ ਮੇਰਾ ਵੀਰ ਉੱਠ ਜਾ ਗਵਰਨਮੈਂਟ ਇਲਾਜ ਕਰਵਾਉਗੀ ਦੂਜੇ ਦਿਨ ਤੇ ਆਰਾਮ ਆ ਜਾਂਦਾ ਤੇਰਾ ਇਲਾਜ ਕਰਾਵੇ ਗਵਰਨਮੈਂਟ ਤੈਨੂੰ ਫਰਜ ਹੋਵੇ ਤੇਰੀ ਸਾਈਡ ਕੇ ਬੈਠੇ ਤੂੰ ਜਾ ਕੇ ਇਲਾਜ ਕਰਾ ਸੀ ਕੋ ਇਲਾਜ ਕਰਾਈਏ ਅਸੀਂ ਪੰਪ ਲਾਈਏ ਉਹ ਤੋਂ ਇਲਾਜ ਵੀ ਕਰਾਈਏ ਗਵਰਨਮੈਂਟ ਕੋ ਚਲੋ ਉੱਠੋ ਹੁਣ ਚਲੋ ਅਸੀਂ ਕਰੀਮ ਨਾ ਜਾਈਏ ਅਸੀਂ ਤਾਂ ਪੰਪ ਲਾਉਣ ਪਿੱਛੇ ਬੱਸ ਆ ਜਾਵੇ ਸਾਡੇ 6 ਬੰਦੇ ਲਪੇਟ ਕੇ ਲੈ ਜਾਵੇ ਟਾਇਰਾਂ ਨਾਲ ਕੌਣ ਜ਼ਿੰਮੇਦਾਰ ਆ ਤੁਸੀਂ ਵੀ ਘੰਟਾ ਠਹਿਰ ਕੇ ਆਓਗੇ ਮੈਂ ਤੇਰੀ ਲਾਸ਼ ਤੇ ਆਉਣਾ ਆ ਆਪੀ ਦੇਖ ਤੇਰਾ ਮੂੰਹ ਦੇਖਣ ਆਉਣਾ ਮੈਂ ਵੀ ਘੰਟਾ ਠਹਿਰ ਕੇ ਮੈਂ ਆਉਣਾ ਆ ਤੈਨੂੰ ਲੈ ਜਾਣਾ ਆ ਤਬੂਤ ਤੇਰਾ ਉੱਥੇ ਪਿਆ ਆ ਪੰਪ ਸੈੱਟ ਹੋ ਗਿਆ ਬਾ ਇਹ ਹੀ ਲਾ ਦਿਓ ਮੈਂ ਲਾ ਦੇ ਚਲ ਉੱਠ ਕੇ ਕੰਮ ਕਰ ਜਾ ਕੇ ਸਾਲ ਤੁਸੀਂ ਉੱਥੇ ਬੱਚੇ ਲੈ ਕੇ ਨਾ ਅੰਡਰਪਾਸ ਚ ਲੈ ਅੰਡਰਪਾਸ ਚ ਮੇਰੇ ਨਾਨਕੇ ਰਹਿੰਦੇ ਆ ਤੁਸੀਂ ਕਿਹਾ ਨਹੀਂ ਬੱਚੇ ਲੈ ਕੇ ਮੈਂ ਆ ਜਾ ਤੇ ਅੰਡਰਪਾਸ ਚ ਆ ਜਾਓ ਬੱਚੇ ਲੈ ਕੇ ਉੱਥੇ ਰਹਿਣਾ ਤੁਸੀਂ ਸਾਲ ਮੈਂ ਦੀ ਗਰੰਟੀ ਵੇਖਣੀ ਓਏ ਅੰਡਰਪਾਸ ਦੇ ਵਿੱਚ ਤਾਂ ਉੱਥੇ 2 ਮਿੰਟ ਗੱਡੀ ਦੀ ਰੁਕਦੀ ਤੂੰ ਕਿਹੜੇ ਅੰਡਰਪਾਸ ਦੀ ਗੱਲ ਕਰਨ ਦੇ ਆ ਤੁਸੀਂ ਸਾਈਡਾਂ ਤੇ ਕਨਾਤਾਂ ਲਾ ਲਿਓ ਸਾਈਡਾਂ ਤੇ ਕਨਾਤਾਂ ਮੈਂ ਅੰਦਰ ਹਦਵਾਣਾ ਸਟਾਇਆ ਵੀ ਮੈਂ ਹਦਵਾਣਾ ਵੇਚਣਾ ਅੰਦਰ ਕਨਾਤਾਂ ਲਾ ਕੇ ਕਨਾਤਾਂ ਮੈਨੂੰ ਕਿਹਨੇ ਲਾ ਕੇ ਦੇਣੀ ਗਵਰਨਮੈਂਟ ਦੀ ਜਗ੍ਹਾ ਆ ਤੁਸੀਂ ਫੇ ਬੂਹਾ ਲਵਾ ਲਿਓ ਨਾ ਲਿਖਿਓ ਯਾਰ ਲੈ ਰਹਿਸ਼ਗਾ ਹੈ ਪੰਪਾਂ ਵਾਲੋਂ ਕੀ ਤੁਸੀਂ ਸ਼ੰਪਾਂ ਵਾਲੋਂ ਕੀ ਤੁਸੀਂ ਕੋਈ ਹੋਰ ਬੰਦਾ ਲੱਭੋ ਜਾ ਉੱਠ ਜਾਉਂ ਜਾਉਂ ਦਿਮਾਗ ਨਾ ਖਰਾਬ ਕਰ ਤੂੰ ਆਪਣੇ ਆਪ ਨੂੰ ਬੰਦਿਆਂ ਨਹੀਂ ਸਮਝਦਾ ਓ ਯਾਰ ਤੂੰ ਜਾ ਚਲੇ ਜਾ ਮੈਂ ਹੋਰ ਕਿਹੜੀ ਤੇਰੇ ਅੰਡਰਪਾਸ ਚ ਕਿੱਥੇ ਲਾ ਦਈਏ ਅਸੀਂ ਗੱਲਾਂ ਕਰਨ ਦੇ ਆ ਤੂੰ ਚਲੋ ਘੰਟੇ ਤੱਕ ਆ ਜਾਓ ਫੇ ਮੈਂ ਕਿਉਂ ਘੰਟੇ ਤੱਕ ਕੀ ਗੱਲ ਆ ਆ ਪੰਪ ਮੈਂ ਲੈ ਜਾਣਾ ਨਾ ਨਹੀਂ ਤੂੰ ਲੈ ਕੇ ਹੱਥ ਲਾ ਕੇ ਦਿਖਾ ਮੈਂ ਤੇ 6 ਪੰਪ ਪਾ ਦੇਣੇ ਆ 6 ਵੀ ਇਹ ਬੰਦਾ ਹਰ ਵਾਰੀ ਪੰਪ ਲੈ ਕੇ ਜਾਂਦਾ ਇੱਥੇ ਨਹੀਂ ਇੱਕ ਵਾਰ 6 ਪੰਪ ਕਾਹਦੇ ਲਈ 6 ਪੰਪ ਲੈਂਦੇ ਫੜੇ ਮੂੰਹ ਤੇਰੀ ਸੋਚਦਾ ਮੈਂ ਕਿਹਾ ਪਤਾ ਨਹੀਂ ਕਿੱਡਾ ਕ ਗਾਹਕ ਆਇਆ ਅੰਡਰਪਾਸ ਚ ਪੰਪ ਲਵਾਉਣ ਦੇ ਆ ਅਸੀਂ ਇਹ ਨਹੀਂ ਦੱਸ ਸਕਦੇ ਲਵਾਇਆ ਕਿਹਨੇ ਕਿ ਸਰਕਾਰੀ ਬੰਦਾ ਸਾਰੇ ਸਰਕਾਰੀ ਫਿਰਨ ਦੇ ਇੱਥੇ ਕਹਿਣਾ ਇਹ ਨਾ ਨਾਮ ਸ਼ੁਰੂ ਹੁੰਦਾ ਲੈ ਇਹ ਨਾ 72000 ਬੰਦਾ ਜਿਹੜਾ ਇਹ ਨਾ ਹੁੰਦਾ 72000 ਤੇ ਪਹਿਲਾਂ ਤਾਂ ਮੇਰਾ ਹੀ ਅਸਲਮ ਇਹ ਨਾ ਸ਼ੁਰੂ ਹੁੰਦਾ ਪਹਿਲਾਂ ਤਾਂ ਮੈਂ ਹੀ ਅੰਦਰ ਹੋਵਾਂ ਬਿਲਕੁਲ ਠੀਕ ਆ ਕਹਿਣਾ ਮੈਂ ਹੀ ਲਾਉਂਦੇ ਚਲੋ ਤੈਨੂੰ ਕੀ ਤੇਰਾ ਕੀ ਗੱਲ ਤੂੰ ਕਿਉਂ ਨਹੀਂ ਅੰਦਰ ਹੁੰਦਾ ਚਲੋ ਤੇਰਾ ਦਿਲ ਨਹੀਂ ਲੱਗਦਾ ਬੱਚੇ ਲੈ ਕੇ ਪਹੁੰਚੋ ਤੇਰੇ ਨਾਪ ਦੀ ਜੇਲ੍ਹ ਨਹੀਂ ਹੈਗੀ ਉਹ ਪੰਪ ਮੈਂ ਲੈ ਕੇ ਚੱਲਾਂ ਚੱਲ ਪਰੇ ਹੋ ਜਾ ਬਕਵਾਸ ਕਰਨ ਦੇ ਮੈਂ ਮੋਟਰਸਾਈਕਲ ਤੇ ਲਾ ਲਾਂਗਾ ਕਿ ਮੈਂ ਤੈਨੂੰ ਕਹੀ ਜਾਣ ਦੇ ਆ ਜਾ ਚੱਲ ਜਾ ਕਰ ਕੰਮ ਕਰ ਜਾ ਕੇ ਆਪਣਾ ਅੰਡਰਪਾਸ ਦੇ ਵਿੱਚ ਲਾ ਰਹੇ ਤੇ ਉੱਥੇ ਲਾ ਦੇ 55000 ਦਾ ਉਹ ਬੱਚਿਆਂ ਲਈ ਮੈਂ ਤੈਨੂੰ ਕਹੀ ਜਾਣਾ ਜਾ ਚੱਲ ਜਾ ਜਾ ਚੱਲ ਜਾ ਦਿਮਾਗ ਨਾ ਖਾ ਜਾ ਕੇ ਚਲੋ ਬਾਹਰ ਨਿਕਲ ਚਲੋ ਰੱਖੋ ਮਾਲ ਤੁਸੀਂ ਮੈਂ ਲੈ ਰੱਖੋ ਮਾਲ ਇੱਥੇ ਤੇਰੇ ਪਿਓ ਦਾ ਮਾਲ ਆ ਜਿਹੜਾ ਰੱਖੀ ਇੱਥੇ ਫਿਰਦੇ ਮੂੰਹ ਤੇਰਾ ਪਤਾ ਨਹੀਂ ਕਿਹੜਾ ਕੁਲੀਆਂ ਵਾਲੇ ਦਾ ਮੁੰਡਾ ਆ ਗਿਆ ਤੂੰ ਚਲੋ ਫੇ ਪਹੁੰਚੋ ਉੱਥੇ ਘੰਟੇ ਦੇ ਵਿੱਚ ਲੈ ਪਹੁੰਚੋ ਉੱਥੇ ਉਧਰ ਸਿਆਣਿਆਂ ਦੀ ਲਾਸ਼ ਆਉਣੀ ਤਬੂਲ ਦੇ ਵਿੱਚ ਫਿਰਦੇ ਮੂੰਹ ਤੇਰਾ ਦਿਮਾਗ ਖਾ ਲਿਆ ਅੰਡਰਪਾਸ ਦੇ ਵਿੱਚ ਲਾ ਦੇ ਉੱਥੇ ਲਾ ਦੇ ਮਾਰੇ ਨੂੰ ਪਰੇ ਧੱਕਾ ਮਾਰੇ ਨੂੰ ਜਾਣ ਦੇ ਉਸਤਾਦ ਜੀ ਮਾਰ ਰੱਖ ਲਿਆ ਕਿੱਥੇ ਲੈ ਕੇ ਜਾਣਾ ਵਾ ਇਹਦੀ ਲਾਸ਼ ਤੇ ਲਿਜਾ ਇਹਦੀ ਤੇ